ਰਾਜਨੀਤੀ ਤੁਹਾਨੂੰ ਪਤਾ ਹੈ ਕਿ ਜਿਸ ਤਰ੍ਹਾਂ ਸਾਰਾ ਕੁਛ ਕਰਕੇ ਹਕੂਮਤ ਤੇ ਇਲਜ਼ਾਮ ਲਾ ਦੀ ਸਾਡੇ ਵਰਗੇ ਸ਼੍ਰੀ ਮੀਡੀਆ ਤੇ, ਆਓ ਅਸੀਂ ਦੋਸਤਾਂ ਨੂੰ ਮਿਲਾਉਂਦੇ ਹਾਂ, ਨਾਲੇ ਇਹਨਾਂ ਕੋਲ ਪੁੱਛਦੇ ਹਾਂ ਕਿ ਮੀਡੀਆ ਆਪਣੀ ਜਗ੍ਹਾ ਤੇ ਕੰਮ ਠੀਕ ਕਰ ਰਿਹਾ ਹੈ ਕਿ ਨਹੀਂ। ਦੇਖਿਆ ਨਾਜ਼ਰੀ, ਜਿਸ ਤਰ੍ਹਾਂ ਕਿ ਕਹਿ ਰਹੇ ਨੇ ਕਿ ਮੀਡੀਆ ਆਪਣੀ ਜਗ੍ਹਾ ਤੇ ਬਿਲਕੁਲ ਠੀਕ ਠਾਕ ਕੰਮ ਕਰ, ਕੰਮ ਸ਼ਮ ਦੇ ਬਾਰੇ ਪੁੱਛਣੇ, ਬਾਈ ਤੁਹਾਡਾ ਕੰਮ ਕਿਵੇਂ ਚੱਲ ਰਿਹਾ ਜੀ? ਅਲਹਮਦੁਲਿਲਾ, ਕਰੋੜਾਂ ਦਾ ਬਿਜ਼ਨਸ ਹੈ, ਅਲਹਮਦੁਲਿਲਾ ਸਹੀ ਠੀਕ ਠਾਕ ਕਮਾ ਰਹੇ ਹਾਂ, ਖਾ ਰਹੇ ਹਾਂ। ਬਾਈ ਕਹਿ ਰਹੇ ਕੋਈ ਕੰਮ ਸ਼ਮ ਨਹੀਂ ਹੈ, ਹਕੂਮਤ ਨੇ ਸਾਰਾ ਸਾਡਾ ਕੰਮ ਫਲਾਪ ਕਰ ਦਿੱਤਾ, ਅਸੀਂ ਰੋਡਾਂ 'ਤੇ ਆ ਗਏ ਹਾਂ, ਹੁਣ ਅਸੀਂ ਬੇਕਾਰੀ ਬਣ ਚੁੱਕੇ ਹਾਂ। ਬਾਈ ਕੋ ਹੁਣ ਖਾਣ ਪੀਣ ਦਾ ਪੁੱਛਦੇ ਹਾਂ, ਬਾਈ ਦਿਨ 'ਚ ਕਿੰਨੇ ਟਾਈਮ ਖਾਣਾ ਖਾਂਦੇ ਹੋ? ਮਾਸ਼ਾਅੱਲਾ, ਤਿੰਨ ਟਾਈਮ ਦਾ ਖਾਣਾ ਖਾਈਦਾ। ਬਾਈ ਕਹਿ ਰਹੇ ਨੇ ਕਿ ਮੈਂ ਤਿੰਨਾਂ ਦਿਨਾਂ ਤੋਂ ਭੁੱਖਾਂ, ਮੇਰੇ ਘਰ ਦੇ ਫੈਮਿਲੀ ਮੈਂਬਰ ਵੀ ਭੁੱਖੇ, ਹਕੂਮਤ ਇਹਦੇ ਬਾਰੇ ਕੋਈ ਰਿਐਕਸ਼ਨ ਨਹੀਂ ਕਰ ਰਹੀ, ਕੋਈ ਇਹਦੇ ਬਾਰੇ ਕੋਈ ਆਵਾਜ਼ ਨਹੀਂ ਉਠਾ ਰਹੀ। ਅਤੇ ਅੱਗੇ ਹੀ ਪੁੱਛਣੇ ਕਿ ਤੁਸੀਂ ਹਕੂਮਤ ਬਾਰੇ ਕੀ ਰਾਏ ਰੱਖਦੇ ਹੋ? ਬਾਈ ਹਕੂਮਤ ਨੂੰ ਕੁਛ ਕਹਿਣਾ ਚਾਹੋ ਜੀ? ਹਕੂਮਤ ਆਪਣਾ ਕੰਮ ਜਿਹੜਾ ਬੜੇ ਅੱਛੇ ਤਰੀਕੇ ਨਾਲ ਕਰ ਰਹੀ ਹੈ। ਬਾਈ ਉਹਨੀ ਕਹਿ ਰਹੇ ਕਿ ਜਿੰਨੀ ਦੇਰ ਤੱਕ ਨਵਾਜ਼ ਸ਼ਰੀਫ, ਸ਼ਹਿਬਾਜ਼ ਸ਼ਰੀਫ ਅਸਤੀਫਾ ਨਹੀਂ ਦੇ ਦਿੰਦੇ, ਅਸੀਂ ਉਨੀ ਦੇਰ ਤੱਕ ਰੋਟੀ ਨਹੀਂ ਖਾਣੀ। ਇਮਰਾਨ ਖਾਨ ਜਿੰਨੀ ਦੇਰ ਤੱਕ ਪੀ ਟੀ ਆਈ ਦੀ ਸੀਟ ਛੱਡ ਨਹੀਂ ਜਾਂਦਾ, ਉਨੀ ਦੇਰ ਤੱਕ ਅਸੀਂ ਰੋਟੀ ਨਹੀਂ ਖਾਣੀ।